ਵੈਲਕਮ ਜੀ ਖੁਸ਼ਾਮਦੇ ਤੁਸੀਂ ਵੇਖ ਰਹੇ ਹੋ ਪਿੰਡ 34 YouTube ਚੈਨਲ ਤੇ ਮੈਂ ਤੁਹਾਡਾ دوست ਅਗੀਰ ਅਬਾਸ ਰਹਿਣ ਦੋਸਤੋ ਪਿੰਡਾਂ ਦੀ ਸੈਰ ਦੇ سلسلے ਦੇ ਨਾਲ-ਨਾਲ ਅਸੀਂ ਘੋੜਿਆਂ ਦੇ ਜਿਹੜਾ ਵਪਾਰ ਹੈ ਉਹਦੇ ਬਾਰੇ ਵੀ ਅਸੀਂ ਹੁਣ ਵੀਡੀਓਜ਼ ਵਗੈਰਾ ਬਣਾ ਰਹੇ ਹਾਂ ਉਸ ਤੋਂ ਇਲਾਵਾ ਮੰਡੀਆਂ ਦੀ ਵੀ ਜਨਾਬ ਨੂੰ ਸੈਰ ਕਰਵਾ ਰਹੇ ਹਾਂ ਤੇ ਅੱਜ ਅਸੀਂ ਆਪਣੇ ਪਿੰਡ ਦੇ ਵਿੱਚ 34 ਚਗ ਬਲੋਚਾਂ ਦੇ ਵਿੱਚ ਹੀ ਮੌਜੂਦ ਹੈਗੇ ਹਾਂ ਤੇ ਇੱਥੇ ਸਾਡੇ ਨਾਲ ਬਿਲਕੁਲ ਯੰਗ ਏਜ ਘੋੜਿਆਂ ਦੇ ਵਪਾਰੀ ਮੌਜੂਦ ਨੇ ਟਿਵਾਣਾ ਸਾਹਿਬ ਟਿਵਾਣਾ ਹੌਰਸ ਫਾਰਮ ਦੇ ਉੱਤੇ ਅਸੀਂ ਆ ਜਾਏ ਹਾਂ ਔਰ ਇਹਨਾਂ ਕੋ ਇਹ ਘੋੜੀ ਹੈਗੀ ਆ ਫਾਰ ਸੇਲ ਹੈਗੀ ਆ ਅਸੀਂ ਇਹਨਾਂ ਕੋਲੇ ਇਹ ਘੋੜੀ ਦਾ ਰੇਟ ਪੁੱਛਾਂਗੇ ਰਾਂਗ ਨਸਲ ਪੁੱਛਾਂਗੇ ਮਾਸ਼ਾਅੱਲਾ ਟਿਵਾਣਾ ਸਾਹਿਬ ਨੇ ਹੋਰ ਵੀ ਕਾਫੀ ਸਾਰੇ ਜਾਨਵਰ ਰੱਖਿਓ ਨੇ ਉਹਨਾਂ ਦੇ ਬਾਰੇ ਵੀ ਪੁੱਛਾਂਗੇ ਇਹਨਾਂ ਕੋਲ ਤੇ ਪਹਿਲੇ ਜਨਾਬ ਨੂੰ ਜਨਾਬ ਦਾ ਤਾਰਫ ਔਰ ਘੋੜੀ ਦਾ ਰੇਟ ਅਸਲਾਮੁਅਲੈਕਮ ਵਾਅਲੈਕਮ ਸਲਾਮ। ਨਾਮ ਆਪਣਾ ਦੱਸਦੇ ਹਾਂ। ਤਲਾ ਟਵਾਨਾ ਮੇਰਾ ਨਾਮ ਭਾਈ। ਜੱਲਾ ਟਿਵਾਨਾ ਸਾਹਿਬ, ਉਹ ਜਨਾਬ ਟਿਵਾਨਾ ਸਾਹਿਬ। ਟਿਵਾਨਾ ਸਾਹਿਬ ਬੜੀ ਛੋਟੀ ਜੀ ਉਮਰ ਦੇ ਵਿੱਚ ਤੁਹਾਨੂੰ ਕੋੜਿਆਂ ਦਾ ਸ਼ੌਕ ਲੱਗ ਗਿਆ ਹਾਂ ਜੀ। ਬਸ ਜੀ, ਬਾਪ ਦਾਦਾ ਨੂੰ ਬੜਾ ਸ਼ੌਕ ਹੈ। ਮਹਣੇ ਸੋ ਜਾਤ ਸਾਲੋਂ ਹੀ ਇਹ ਸ਼ੌਕ ਹੀ ਨਾ ਕੋੜਿਆਂ ਦਾ। ਇਹ ਅਸੀਂ ਵੇਖਣ ਵਾਲੇ ਹੰਦਾ ਚੁਕਿਆ ਵੀ ਇਹ ਕੋੜੀ ਫਾਰਸੇਲ ਹੈਗੀ ਆ। ਇਹਦੀ نسل ਪਹਿਲੇ ਦੱਸੋ ਸਾਹਿਬ। ਇਹਦੀ نسل ਜੀ ਨੀਲੀ ਰਾਵੀ ਤੋਂ ਹੈ ਮੈਂ ਲੈਂਦੀ ਹਾਂ ਜੀ। ਅੱਛਾ। ਅਮ ਵੱਡੀ ਘੋੜੀ ਲਿਆਂਦੀ ਐ ਮੋੜਾ ਸਾਰੀਆਂ ਜੀ ਉੱਥੋ ਹੀ ਹੈ ਉਹਨਾਂ ਦੇ ਵਿੱਚ ਹੁੰਈ ਹੈ ਇਹ ਇਹ ਪੰਜ ਕਿ ਲਿਆਂ ਰਹੀ ਹੈ ਨਹੀਂ ਜੀ ਇਹ ਪੰਜ ਕਿ ਲਿਆਂ ਨਹੀਂ ਅੱਛਾ ਇਹਦੇ ਦੋ ਪੈਰ ਧੋਤੇ ਹੋ ਜੀ ਮੱਥਾ ਚਿੱਟਾਇਸੋ ਮੱਥਾ ਚਿੱਟਾਇਆ ਤੇ ਰੰਗ ਇਹਦਾ ਕੀ ਕੀ ਹੈ ਰੰਗ ਹੈ ਦਾ ਕੁਮੈਤ ਕੁਮੈ ਰੰਗ ਗਏ ਤੇ ਉਮਰ ਕਿਤਨੀ ਹੈਗੀ ਉਮਰ ਐਸ ਜੀ ਹੁਣ 2 ਸਾਲ ਦੁਆਖ ਲੱਗ ਗਈ ਹੈ ਜੀ ਦੁਆਖ ਲੱਗ ਗਈ ਹੈ ਹਾਂਜੀ ਤੇ ਸਵਾਰੀ ਕਰਦੀ ਹੈ ਸਵਾਰੀ ਇਹਦੇ ਉੱਤੇ ਕਰੀਦੀ ਡਾਂਸ ਵੀ ਕਰਦੀ ਹੈ ਨਹੀਂ ਨਹੀਂ ਡਾਂਸ ਤਾਂ ਨਹੀਂ ਲਾਈ ਅੱਛਾ ਸਵਾਰੀ ਤੇ ਹੁਣ ਆਦੀ ਹੈ ਹਾਂਜੀ ਸਵਾਰੀ ਤੇ ਘੋੜੀ ਵੀ ਖਾਓ ਜਨਾਬ ਕੈਮਰਾਮੈਨ ਸਾਹਿਬ ਫਿਰ ਇਹਦਾ ਰੇਟ ਵੀ ਇਹਨਾਂ ਦਾ ਪੁੱਛਦੇ ਆਂ ਨਾਲੇ ਨੰਬਰ ਇਹਨਾਂ ਦਾ ਸ਼ੇਅਰ ਕਰ ਦਿੰਦੇ ਆਂ ਜਨਾਬ ਦੇ ਨਾਲ ਨਜ਼ਦੀਕ ਆ ਕੇ ਵਿਖਾਓ ਜਰਾ ਕਿ ਵੇਖਣਾਂ ਲਈ ਕਹਿ ਰਹੇ ਸੀ ਵੀ ਤੁਸੀਂ ਜਾਨਵਰ ਜਿਹੜੇ ਹੈਗੇ ਉਹ ਠੀਕ ਨਹੀਂ ਵਿਖਾਇਆ ਸਾਨੂੰ ਮਾਸ਼ਾਅੱਲਾ ਜੀ ਸੋਹਣਾ ਜਾਨਵਰ ਹੈਗਾ ਇਹ ਕੱਢੇ ਇਹਨਾਂ ਨੇ ਸਵੇਰੇ ਸਵੇਰੇ ਹੀ ਆ ਤੇ ਅਸੀਂ ਆ ਗਏ ਆ ਨਾਲ ਇਹਨਾਂ ਬਿਲਕੁਲ ਕੋਈ ਖਰਖਰਾ ਸ਼ਰਖਰ ਨਹੀਂ ਮਾਰਿਆ ਇਹਦੇ ਉੱਤੇ ਨਵਾਏ ਗਏ ਤੇ ਵਣਾ ਸਾਹਿਬ ਇਹਦਾ ਕਿੰਨਾ ਮੁੱਲ ਕਰਦੇ ਫਿਰ ਉੱਤੇ ਐਦਾ ਜੀ 1.80 ਲੱਗਿਆ 1.80 ਲੱਗ ਚੁੱਕਾ ਹਾਂਜੀ ਤੇ ਅਸਾਂ 2.5 ਲੱਖ ਮੰਗਦੇ ਆਂ ਅੱਛਾ 2.5 ਲੱਖ ਮੰਗਦੇ ਆ ਠੀਕ ਹੋ ਗਿਆ ਤੇ ਆਪਣੀ ਘਰ ਦੀ ਬਿਛੇਰੀ ਏ ਇਹ ਨਹੀਂ ਕਿ ਬਾਹਰ ਕੋਈ ਮੰਡੀ ਮੰਡੀ ਤੋਂ ਮੁੱਲ ਨਹੀਂ ਲਈ ਇਹਦੀ ਮਾਂ ਹੀ ਖੜੀ ਏ ਜੀ ਅੱਛਾ ਇਹਦਾ ਪਿਓ ਵੀ ਇੱਥੇ ਨਾਲ ਦੇ ਹੀ ਖਲੋਤਾ ਜੀ ਅੱਛਾ 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 ਜਿਵੇਂ ਤੁਸਾਂ ਵੇਖਣ ਵਾਲੇ ਉਹਨਾਂ ਆਪਣਾ ਨੰਬਰ ਦੇ ਦਿਓ ਤਾਂ ਕਿ ਕਿਸੇ ਬੰਦੇ ਅਗਰ ਤੁਹਾਡੇ ਨਾਲ ਕੋਈ ਸੇਲ ਪਰਚੇਸ ਦਾ ਇਰਾਦਾ ਹੋਵੇ ਤੇ ਉਹ ਤੁਹਾਨੂੰ ਰਾਬਤਾ ਕਰ ਲੇਗਾ। ਹਾਂਜੀ ਉਹ ਜਨਾਬ ਨਾਲ ਰਾਬਤਾ ਕਰ ਲੇਗਾ। ਹਾਂਜੀ ਨੰਬਰ ਮੇਰਾ 03480343434 ਦੁਬਾਰਾ ਦੱਸ ਦੇ ਜੀ। 03480343434 ਜੀ ਠੀਕ ਹੋ ਗਿਆ ਸਾਡੇ ਅਸ ਫਾਰਮ ਦੇ ਨਾਲ ਬਿਲਕੁਲ ਇੱਕ ਮਲਹਿਕਾ ਹੋਰ ਫਾਰਮ ਮੌਜੂਦ ਹੈ ਉਹ ਵੀ ਟਿਵਾਨਾ ਹੌਰਸ ਫਾਰਮ ਹੈਗਾ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਕਿ ਜਲਦੀ ਅਸੀਂ ਉਹਦੀ ਵੀਡੀਓ ਬਣਾ ਕੇ ਜਨਾਬ ਨੂੰ ਦਿਖਾਵਾਂਗੇ ਉੱਥੇ ਵੀ ਮਾਸ਼ਾਅੱਲਾ ਬੜੇ ਸੋਹਣੇ ਟਿਵਾਨਾ ਸਾਹਿਬ ਦੇ ਕਜ਼ਨ ਹੀ ਆਏ ਨੇ ਜੀ ਹਾਂ ਜੀ ਤੇ ਉੱਥੇ ਵੀ ਬੜੇ ਮਾਸ਼ਾਅੱਲਾ ਸੋਹਣੇ ਜਾਨਵਰ ਨੇ ਉਹਨਾਂ ਦੀ ਵੀਡੀਓ ਬਣਾਵਾਂਗੇ ਹੁਣ ਜਨਾਬ ਨੂੰ ਬਾਕੀ ਅੱਛਾ ਜਿਹੜੇ ਬਾਕੀ ਤੁਹਾਡੇ ਕੋਲ ਜਾਨਵਰ ਇਹਨਾਂ ਨੂੰ ਵਿਖਾਓ ਜੀ ਇਹਨਾਂ ਦੇ ਬਾਰੇ ਤੁਸੀਂ ਇਹ ਸੇਲ ਕਰਨੇ ਆ ਕਿਹੜੇ ਕਿਹੜੇ ਆ ਗਿਆ ਪਹਿਲੇ ਤੇ ਦੱਸੋ ਐ ਸਾਹਮਣਾ ਨੁਕਰਾ ਬਛੇਰਾ ਖੜਾ ਹੈ ਜੀ ਇਸ ਦੀ ਉਮਰ ਹਲੇ ਦੀਕਰ 16 ਮਹੀਨੇ ਮੈਂ ਅੱਛਾ ਹਾਂਜੀ ਨਹੀਂ ਇਹ ਸੇਲ ਨਹੀਂ ਕਰਨਾ ਜੀ ਇਹ ਸ਼ੌਕੀਆ ਅੱਛਾ ਹੋ ਗਿਆ ਕਿਤੇ ਅਗਲੇ ਹਾਂਜੀ ਉਹ ਅਗਲੀ ਵੱਡੀ ਘੋੜੀ ਹੈ ਇਹਨਾਂ ਸਾਰਿਆਂ ਦੀ ਮਾਂ ਹੈ ਜੀ ਤੇ ਉਪਰ ਇਹ ਇੱਕ ਨਿੱਕਾ ਬਛੇਰਾ ਵਦਾ ਜੀ ਉਹ ਯੂਸਫ ਜ਼ੈਦ ਦਾ ਘੋੜਾ ਹੈ ਜੀ ਸ਼ਾਹ ਤਾਜ ਅੱਛਾ ਉਹ ਉਸ ਦਾ ਪੁੱਤਰ ਹੈ ਜੀ ਅੱਛਾ ਸਰਗੋਦੇ ਜਾਲ ਚੱਕੀਆਂ ਤੇ ਉਹ ਘੋੜਾ ਖਲੋਤਾ ਜੀ ਤੇ ਉਹ ਉਸ ਦਾ ਪੁੱਤਰ ਹੈ ਉਹ ਵੇਚਣੀ ਹੈ ਉਹਨਾਂ ਸਾਰੇ ਨਹੀਂ ਜੀ ਨਹੀਂ ਉਹ ਵੀ ਨਹੀਂ ਵੇਚਣਾ ਉਹ ਵੀ ਬੜਾ ਸ਼ੌਕੀ ਹੈ ਅੱਛਾ ਜੀ ਉਹ ਅਸੀਂ ਤੁਹਾਨੂੰ ਕਰੀਬਾ ਨਹੀਂ ਵਿਖਾਣੇ ਕਿਉਂਕਿ ਉਹ ਨਾਟ ਫਾਰ ਸੇਲ ਨਹੀਂ ਉਹ ਅਸੀਂ ਵੇਚਣੇ ਕੋਈ ਨਹੀਂ ਹੈ ਤੇ ਇਹ ਅਸੀਂ ਜਾਨਵਰ ਵੇਚਣਾ ਹੈਗਾ ਤੇ ਇਹ ਇਹਦਾ ਰਿਵਿਊ ਜਨਾਬ ਨੂੰ ਕਰਵਾ ਛੱਡਿਆ ਤੇ ਬਾਕੀ ਰਾਬਤਾ ਨੰਬਰ ਟਿਵਾਨਾ ਸਾਹਿਬ ਦਾ ਆ ਗਿਆ ਉਹ ਤੁਸੀਂ ਇਹਦੇ ਨਾਲ ਇਹਨਾਂ ਨਾਲ ਰਾਬਤਾ ਫੋਨ ਉੱਤੇ ਕਰ ਸਕਦੇ ਹੋ ਮਿਹਰਬਾਨੀ ਬੜੀ ਮਿਹਰਬਾਨੀ ਤੁਹਾਡੀ ਜੀ ਇਹਦੇ ਨਾਲ ਹੀ ਸਗੀਰ ਬਾਸ ਰਿੰਦ ਨੂੰ ਦਿਓ ਇਜਾਜ਼ਤ ਵੀ ਵੀਡੀਓ ਕਿਵੇਂ ਦੀ ਲੱਗੀ ਇਹ ਕਮੈਂਟ ਕਰਕੇ لازمی ਸਾਨੂੰ ਦੱਸਿਆ ਕਰੋ ਅ ਕੋਈ ਕਿਉਂਕਿ ਤੁਹਾਡੀ ਕਮੈਂਟ ਜਿਹੜੇ ਹੈਗੇ ਹਨ ਸਾਡੀ ਫਾਊਂਡੇਸ਼ਨ ਹੈਗੀ ਹੈ ਔਰ ਸਾਡੀ ਬੇਸ ਹੈਗੀ ਹੈ ਕਿ ਤੁਸੀਂ ਸਾਨੂੰ ਦੱਸੋਗੇ ਤਾਂ ਅਸੀਂ ਉਸ ਮੁਤਾਬਕ ਹੋਰ ਅੱਛੀ ਵੀਡੀਓਜ਼ ਵਗੈਰਾ ਬਣਾਵਾਂਗੇ ਆਪਣੇ ਵੀਰ Sagir Basrinder ਨੂੰ ਦਿਓ ਇਜਾਜ਼ਤ ਰਬ